हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਹਾਂ ਬੇਟਾ ਜੀਡੀ ਸਾਲ 2017 ਦੇ ਵਿੱਚ ਨਵਉਦਿਆ ਦਾਖਲਾ ਪ੍ਰੀਖਿਆ ਹੋਈ ਸੀ ਉਹਦਾ ਮੈਂਟਲ ਅਬਿਲਟੀ ਵਾਲਾ ਪੋਰਸ਼ਨ ਬੇਟਾ ਆਪਾਂ ਹੱਲ ਕਰ ਰਹੇ ਹਾਂ ਤਾਂ ਆਪਾਂ ਬੇਟਾ ਉਹਦੇ 10 ਸਵਾਲ ਹੱਲ ਕਰ ਚੁੱਕੇ ਹਾਂ ਅੱਜ ਆਪਾਂ 11 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਹਾਂ ਬੇਟਾ ਤਾਂ ਪੰਜ ਪੰਜ ਸਵਾਲਾਂ ਦਾ ਸੈੱਟ ਦਿੱਤਾ ਹੋਇਆ ਹਰ ਸੈੱਟ ਦੇ ਪਹਿਲਾਂ ਦੇਸ਼ਾ ਨਿਰਦੇਸ਼ ਆ ਹੁਣ ਬੇਟਾ ਆਪਾਂ 11 ਤੋਂ 15 ਦੇਸ਼ਾ ਨਿਰਦੇਸ਼ ਪੜ੍ਹਦੇ ਹਾਂ ਕਿੰਦਾ ਪ੍ਰਸ਼ਨ ਨੰਬਰ 11 ਤੋਂ 15 ਤੱਕ ਦੇ ਸਮੱਸਿਆ ਚਿੱਤਰਾਂ ਵਿੱਚ ਹਰ ਇੱਕ ਦੇ ਦੋ-ਦੋ ਸੈੱਟ ਦਿੱਤੇ ਗਏ ਹਨ ਦੂਜੇ ਸੈੱਟ ਵਿੱਚ ਇੱਕ ਪ੍ਰਸ਼ਨ ਚਿੰਨ ਲੱਗਾ ਹੋਇਆ ਹੈ ਪਹਿਲੇ ਦੋ ਸਮੱਸਿਆ ਚਿੱਤਰਾਂ ਦਾ ਆਪਸ ਵਿੱਚ ਇੱਕ ਸਬੰਧ ਹੈ ਇਸੇ ਤਰ੍ਹਾਂ ਤੀਜੇ ਅਤੇ ਚੌਥੇ ਸਮੱਸਿਆ ਚਿੱਤਰਾਂ ਦਾ ਆਪਸ ਵਿੱਚ ਉਸੇ ਤਰ੍ਹਾਂ ਸਬੰਧ ਹੋਣਾ ਚਾਹੀਦਾ ਹੈ ਉੱਤਰ ਚਿੱਤਰਾਂ ਵਿੱਚੋਂ ਉਹ ਚਿੱਤਰ ਚੁਣੋ ਜਿਹੜਾ ਪ੍ਰਸ਼ਨ ਚਿੰਨ੍ਹ ਵਾਲੇ ਥਾਂ ਉੱਤੇ ਠੀਕ ਆ ਸਕੇ ਉੱਤਰ ਚਿੱਤਰ ਦਾ ਸਹੀ ਨੰਬਰ ਚੁਣੋ ਅਤੇ ਦਿੱਤੀ ਗਈ ਉੱਤਰ ਪੁਸਤਕਾ ਵਿੱਚ ਸਬੰਧਤ ਪ੍ਰਸ਼ਨ ਸਾਹਮਣੇ ਦਿੱਤੇ ਡੱਬੇ ਵਿੱਚ ਅੰਗਰੇਜ਼ੀ ਅੰਕ ਵਿੱਚ ਲਿਖੋ ਠੀਕ ਹੈ ਬੇਟਾ ਤਾਂ ਬੇਟਾ ਇਹ ਇਹਨਾਂ ਨੇ ਸਾਨੂੰ ਜਿਹੜਾ ਹੈਗਾ ਆ ਸਮੱਸਿਆ ਚਿੱਤਰ ਦਿੱਤਾ ਹੋਇਆ 1 2 3 ਤੇ 4 ਕਹਿੰਦਾ ਇਹ ਦੋਵਾਂ ਦਾ ਆਪਸ ਦੇ ਵਿੱਚ ਸਬੰਧ ਹੈ ਇਹਦਾ ਇਹਦੇ ਨਾਲ ਸਬੰਧ ਹੈਗਾ ਹੈ ਠੀਕ ਹੈ ਤੇ ਇਹ ਦੇ ਵਿੱਚੋਂ ਆਪਾਂ ਉੱਤਰ ਲੱਭਣਾ ਕਿਹੜਾ ਇੱਥੇ ਫਿੱਟ ਬੈਠੂਗਾ ਲੜੀ ਪੂਰੀ ਕਰਨ ਦੇ ਲਈ ਆਪਾਂ ਬੇਟਾ ਇਹਨੂੰ ਥੋੜਾ ਜਿਹਾ ਇਨ ਲਾਰਜ ਕਰਾਂਗੇ ਸਵਾਲ ਨੂੰ ਸੌਖੇ ਢੰਗ ਨਾਲ ਕਰਨ ਦੇ ਲਈ ਤਾਂ ਜੋ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਹਾਂ ਬੇਟਾ ਆਪਾਂ ਸਵਾਲ ਨੰਬਰ 11 ਦੇ ਉੱਤੇ ਆਏਗੇ ਧਿਆਨ ਦੇ ਨਾਲ ਦੇਖਣਾ 11 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕੰਪਿਊਟਰ ਹਾਂ ਬੇਟਾ ਤਾਂ ਹਾਂ ਬੇਟਾ ਆਪਾਂ ਸਵਾਲ ਨੰਬਰ 11 ਦੇ ਉੱਤੇ ਆ ਗਏ ਸਵਾਲ ਨੰਬਰ 11 ਦੇ ਵਿੱਚ ਧਿਆਨ ਦੇ ਨਾਲ ਦੇਖਣਾ ਕੀ ਕਹਿੰਦਾ ਪਿਆ ਬੇਟਾ ਆ ਪਹਿਲੇ ਦੋਆਂ ਦਾ ਆਪਸ ਦੇ ਵਿੱਚ ਸੰਬੰਧ ਅਸੀਂ ਦੇਖਾਂਗੇ ਤੇ ਨਜ਼ਰ ਰਵ ਕਰਾਂਗੇ ਕੀ ਸੰਬੰਧ ਬਣਦਾ ਪਿਆ ਇਹਦਾ ਆ ਬੇਟਾ ਟ੍ਰਾਇੰਗਲ ਬਣੀ ਹੋਈ ਹੈ ਟ੍ਰਾਇੰਗਲ ਤੋਂ ਅੱਗੇ ਇਹਨੇ ਵਰਗ ਬਣਾ ਦਿੱਤੀ ਤਿੰਨ ਭੁਜਾਵਾਂ ਵਾਲੀ ਕਿੱਤੀ ਤੋਂ ਚਾਰ ਭੁਜਾਵਾਂ ਵਾਲੀ ਕਿੱਤੀ ਬਣਾਤੀ ਆ ਬੇਟਾ ਆ ਇੱਕ ਆਇਤਕਾਰ ਰੈਕਟੈਂਗਲ ਬਣੀ ਹੋਈ ਹੈ ਚਾਰ ਭੁਜਾਵਾਂ ਵਾਲੀ ਹੈ ਇੱਥੇ ਅੱਗੇ ਪੰਜ ਭੁਜਾਵਾਂ ਵਾਲੀ ਕਿੱਤੀ ਬਣਾ ਦੂਗਾ ਇੱਕ ਭੁਜਾ ਵਧਾਤੀ ਉਹਨੇ ਠੀਕ ਹੈ ਤਾਂ ਬੇਟਾ ਆਹਾ 2 ਨੰਬਰ ਅਕਿਰਤੀ ਦੇ ਵਿੱਚ ਆ ਪੰਜ ਭੁਜਾਵਾਂ ਵਾਲੀ 31 ਰੈਕਟੈਂਗਲ ਤੋਂ ਬਣਾਈ ਹੋਈ ਹੈਗੀ ਆ ਠੀਕ ਹੈ ਤਾਂ 2 ਨੰਬਰ ਅਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਵੀ ਆ ਇਸ ਕਰਕੇ 2 ਨੰਬਰ ਅਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਆਗੇ ਇਹਦੇ ਸਵਾਲ ਨੰਬਰ 12 ਦੇ ਉੱਤੇ ਇੱਕ ਤ੍ਰਿਭੁਜ ਬਣੀ ਹੋਈ ਹੈ ਬੇਟਾ ਆਹ ਚਤੁਰਭੁਜ ਬਣੀ ਹੋਈ ਹੈ ਉੱਪਰਲੇ ਪਾਸੇ ਅਗਲੇ ਸਟੈਪ ਦੇ ਵਿੱਚ ਆਹ ਚੀਜ਼ ਵੱਡੀ ਹੋ ਜਾਂਦੀ ਹੈ ट्रायंगल ਛੋਟੀ ਹੋ ਕੇ ਇਸ ਅਕਿਰਤੀ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਇਸੇ ਤਰ੍ਹਾਂ ਹੀ ਬੇਟਾ ਆ ਇੱਕ ਪੰਜਪੁਜ ਬਣੀ ਹੋਈ ਆ ਚੱਕਰ ਬਣਿਆ ਹੋਇਆ ਅਗਲੇ ਸਟੈਪ 'ਚ ਚੱਕਰ ਵੱਡਾ ਹੋ ਜਾਊਗਾ ਪੰਜਪੁਜ ਦੇ ਵਿੱਚ ਆਜੂਗੀ ਛੋਟੀ ਹੋ ਕੇ ਠੀਕ ਹੈ ਬੇਟਾ ਤਾਂ ਬੇਟਾ ਆਹ ਅਕਿਰਤੀ 2 ਨੰਬਰ ਦੇਖੋ ਤੁਸੀਂ ਆ ਦੇਖੋ ਚੱਕਰ ਵੱਡਾ ਹੋ ਗਿਆ ਤੇ ਪੰਜ ਪੁਜ ਇਕਿਤਿਉ ਦੇ ਵਿੱਚ ਆ ਕਿ ਬਸ ਆ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਵੀ ਦੋ ਨੰਬਰ ਇਕਿਤਿ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਦਰ ਦਵਾਂਗੇ ਉਦੋਂ ਅੱਗੇ ਬੇਟਾ ਆਪਾਂ ਆ ਗਏ ਸਵਾਲ ਨੰਬਰ 13 ਦੇ ਉੱਤੇ ਦੋ ਚੱਕਰ ਆ ਉੱਪਰ ਵੱਡਾ ਚੱਕਰ ਥੱਲੇ ਛੋਟਾ ਚੱਕਰ ਆ ਆਪਸ ਦੇ ਵਿੱਚ ਜੁੜੇ ਹੋਏ ਆ ਇਹ ਠੀਕ ਆ ਤਾਂ ਬੇਟਾ ਇਹ ਕੀ ਹੁੰਦਾ ਵੀ ਅਗਲੇ ਸਟੈਪ ਦੇ ਵਿੱਚ ਬਿਲਕੁਲ ਘੁੰਮ ਜਾਂਦੇ ਆ ਇਹ ਠੀਕ ਹੈ ਇਸ ਤਰ੍ਹਾਂ ਜਾਂ ਉਪਰੋਂ ਥੱਲੇ ਨੂੰ ਆਪਾਂ ਮੰਨ ਸਕਦੇ ਹਾਂ ਵੀ ਬਿਲਕੁਲ ਇਹ ਕਲॉकवाਾਈਜ਼ ਆਪਾਂ ਕਹਿ ਸਕਦੇ ਹਾਂ ਪੂਰੀ ਤਰ੍ਹਾਂ ਨਾਲ ਘੁੰਮ ਜਾਂਦੇ ਆ ਆਪਣੀ ਡਾਇਰੈਕਸ਼ਨ ਚੇਂਜ ਕਰ ਜਾਂਦੇ ਆ ਜਾਂ ਉਪਰੋਂ ਥੱਲੇ ਨੂੰ ਆ ਜਾਂਦੇ ਆ ਠੀਕ ਹੈ ਤਾਂ ਬੇਟਾ ਆਹ ਸਟੈਪ ਆ ਜਿਹੜਾ ਇਹਦੇ ਵਿੱਚ ਵੀ ਬੇਟਾ ਇਹ ਬਿਲਕੁਲ ਆਹ ਦੂ ਆ ਰੈਕਟੈਂਗਲਾਂ ਜਾਂ ਆਇਤਾਂ ਬਣੀਆਂ ਹੋਈਆਂ ਇਹ ਕੀ ਕਰਨਗੇ ਬਿਲਕੁਲ ਕਲॉकवाइज ਘੁੰਮ ਜਾਣਗੇ ਠੀਕ ਹੈ ਬੇਟਾ ਤੇ ਜਦੋਂ ਕਲॉकवाइज ਘੁੰਮ ਜਾਣਗੇ ਬੇਟਾ ਪੂਰੀ ਤਰ੍ਹਾਂ ਦੇ ਨਾਲ ਤਾਂ ਉਹ ਆ ਚੀਜ਼ ਹੈ ਜਿਹੜੀ ਇਹ ਥੱਲੇ ਨੂੰ ਆਜੂਗੀ ਆ ਚੀਜ਼ ਉੱਪਰ ਨੂੰ ਚਲੀ ਜਾਊਗੀ ਠੀਕ ਹੈ ਬੇਟਾ ਤਾਂ ਉਹਦੇ ਲਈ ਬੇਟਾ ਆਹ 2 ਨੰਬਰ ਇਕੱਤੀ ਹੈ ਜਿਹੜੀ ਸਾਡੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਉਪਰੋਂ ਥੱਲੇ ਆਉਂਦੀ ਪਈ ਹੈ ਠੀਕ ਹੈ ਤਾਂ 2 ਨੰਬਰ ਹੈ ਕਿ ਤੀਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ 2 ਨੰਬਰ ਕਿ ਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰਤਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਆ ਗਏ ਸਵਾਲ ਨੰਬਰ 14 ਦੇ ਉੱਤੇ ਤਾਂ ਆ ਇੱਕ ਵਰਗ ਬਣਿਆ ਹੋਇਆ ਵਰਗ ਦੇ ਵਿੱਚ ਇੱਕ ਰੇਖਾ ਤੇ ਇਹਦੇ ਖੱਬੇ ਪਾਸੇ ਇੱਕ ਟ੍ਰਾਇੰਗਲ ਬਣਾਈ ਹੋਈ ਹੈ ਠੀਕ ਹੈ ਅਗਲੇ ਸਟੈਪ ਦੇ ਵਿੱਚ ਇਹਦੀ ਅਪੋਜੀਟ ਸਾਈਡ ਦੇ ਉੱਤੇ ਦੋ ਚੱਕਰ ਬਣਾ ਦਿੰਦਾ ਹੈ ਠੀਕ ਹੈ ਬੇਟਾ ਇਸੇ ਤਰ੍ਹਾਂ ਏਦੂ ਅਗਲੇ ਸਟੈਪ ਦੇ ਵਿੱਚ ਬੇਟਾ ਆਹਾ ਇੱਕ ਆਇਤ ਬਣੀ ਹੋਈ ਹੈ ਇਧਰਲੇ ਪਾਸੇ ਦੋ ਟ੍ਰਾਇੰਗਲਾਂ ਬਣੀਆਂ ਹੋਈਆਂ ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਕੀ ਕਰੂਗਾ ਵੀ ਆਏ ਤੇ ਇਦਾਂ ਹੀ ਰੂ ਇਹਦੇ ਐਸ ਪਾਸੇ ਤਿੰਨ ਅਕਿਰਤੀਆਂ ਜਿਹੜੀਆਂ ਜ਼ੀਰੂਆਂ ਬਣਾ ਦਊਗਾ ਠੀਕ ਹੈ ਬੇਟਾ ਸਿਰਫ ਇਹਦੇ ਅਨਸਾਰ ਜਿੱਦਾਂ ਆਏ ਦਾ ਇਹਦੇ ਨਾਲ ਸੰਬੰਧ ਹੈ ਇਹਦਾ ਸੰਬੰਧ ਇਦਾਂ ਬਣੂਗਾ ਤਾਂ ਆਹ ਆਕਿਰਤੀ ਜਦੋਂ 2 ਨੰਬਰ ਆਪਾਂ ਦੇਖਦੇ ਹਾਂ ਆ ਦੇਖੋ ਬੇਟਾ ਉੱਪਰੋਂ ਟ੍ਰੈਂਗਲਾਂ ਦੋ ਚੱਕ ਲੀਆਂ ਹੇਠਲੇ ਪਾਸੇ ਤਿੰਨ ਜ਼ੀਰੂਆਂ ਲਾ ਦਿੱਤੀਆਂ ਗਈਆਂ ਤਾਂ ਇਹਨੂੰ ਐਜ਼ ਏ ਰਾਈਟ ਆਨਸਰ ਅਸੀਂ ਇੱਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਬੇਟਾ ਆਪਾਂ ਇਸੇ ਸੈੱਟ ਦੇ ਆਖਰੀ ਸਵਾਲ ਨੰਬਰ 15 ਦੇ ਤਹਾਨਾ ਦੇਖਦੇ ਆ ਆ ਇੱਕ ਚੱਕਰ ਚੱਕਰ ਦੇ ਵਿੱਚ ਬੇਟਾ ਕੀ ਕੀਤਾ ਇਹਨੇ 1 2 3 ਅਸਲ ਦੇ ਵਿੱਚ ਬੇਟਾ ਆ ਚਾਰ ਜਿਹੜੀਆਂ ਜੀਵਾਵਾਂ ਖਿੱਚ ਦਿੱਤੀਆਂ ਗਈਆਂ ਠੀਕ ਹੈ 1 2 3 ਤੇ 4 ਚੱਕਰ ਦੇ ਵਿੱਚ ਚਾਰ ਜੀਵਾਵਾਂ ਬਰਾਬਰ ਤੇ ਖਿੱਚ ਦਿੱਤੀਆਂ ਗਈਆਂ ਤਾਂ ਇਹ ਦੂ ਅੱਗੇ ਬੇਟਾ ਆਹ ਹੱਗਿਆ ਇੱਕ ਤਰ੍ਹਾਂ ਨਾਲ ਵਰਗ ਹੈ ਪਰ ਇਹਨੂੰ ਟੇਡਾ ਕੀਤਾ ਹੋਇਆ ਠੀਕ ਹੈ ਡਾਇਗਨਲ ਕੀਤਾ ਇਹਦੀ ਸ਼ੇਪ ਤਾਂ ਇਦਾਂ ਹੀ ਰਹੂਗੀ ਇਹਦੇ ਵਿੱਚ ਬੇਟਾ ਇਹ ਦੂ ਅੱਗੇ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਚਾਰ ਆ ਜਿਹੜੀਆਂ ਇੱਕ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਇੱਕ ਇੰਚ ਤੇ ਇੱਕ ਇੰਚ ਇਹ ਰੇਖਾਵਾਂ ਜਿਹੜੀਆਂ ਖਿੱਚੇ ਦਿੱਤੀਆਂ ਜਾਣਗੀਆਂ ਠੀਕ ਹੈ ਬੇਟਾ ਤਾਂ ਆ ਬੇਟਾ ਆਹ ਅਕਿਰਤੀ ਦੇਖੋ ਇਹਦੇ ਵਿੱਚ ਵੀ ਚਾਰ ਜੇ ਆਪਾਂ ਇਹਨੂੰ ਚੱਕਰ ਵਿੱਚ 1 2 3 ਤੇ 4 ਤਾਂ ਇੱਕ ਨੰਬਰ ਅਕਿਰਤੀ ਹੈ ਜਿਹੜੀਆਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਏ ਬੇਟਾ ਜਸਟ ਸਮਝਣ ਦੀ ਗੱਲ ਹੈ ਇੱਕ ਵਾਰੀ ਤੁਸੀਂ ਇਹਨੂੰ ਜਦੋਂ ਕੱਲੀ ਵੀਡੀਓ ਦੇ ਉੱਤੇ ਹੀ ਅਭਿਆਸ ਕਰ ਲਿਆ ਤਾਂ ਤੁਹਾਡਾ ਦਿਮਾਗ ਇਹਦੇ ਮਗਰਮਗਰ ਚੱਲਣ ਲੱਗ ਪੈਣਾ ਇੰਨਾ ਟਾਈਮ ਨਹੀਂ ਲੱਗਣਾ ਜਿੰਨਾ ਮੈਨੂੰ ਤਾਂ ਸਮਝਾਣ ਤੁਹਾਨੂੰ ਸਮਝਾਉਣਾ ਪੈਂਦਾ ਸਮਝਾਉਣ ਕਰਕੇ ਟਾਈਮ ਲੱਗਦਾ ਪਿਆ ਪਰ ਤੁਸੀਂ ਬੇਟਾ ਮੇਰਾ ਖਿਆਲ ਚਾਰ ਪੰਜ ਸਕਿੰਟਾਂ ਦੇ ਵਿੱਚ ਹੀ ਤੁਹਾਡੀਆਂ ਅੱਖਾਂ ਨੇ ਪਛਾਣ ਲੈਣਾ ਵੀ ਆਹ ਹਾ ਉੱਤਰ ਬਣੂਗਾ ਇਹਦਾ ਠੀਕ ਹੈ ਬੇਟਾ ਤਾਂ ਇਹਦੇ ਨਾਲ ਹੀ ਬੇਟਾ ਇਹ ਸੀਗਾ ਇਹ ਸੈੱਟ ਦਾ ਆਖਰੀ ਸਵਾਲ 3 ਨੰਬਰ ਸੈੱਟ ਦਾ 15 ਨੰਬਰ ਸਵਾਲ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤਾਂ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ